ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਮਨੋਜ ਚਰਖੀਵਾਲ ਤੇ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਇਸ ਟਾਈਮ ਬਠਿੰਡਾ ਚ ਮੌਜੂਦ ਹੈ ਜਿੱਥੇ ਦਿਸ਼ਾ ਵੂਮੈਨ ਵੈਲਫੇਅਰ ਟਰੱਸਟ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਦਿਸ਼ਾ ਵੂਮੈਨ ਵੈਲਫੇਅਰ ਟਰੱਸਟ ਦੇ ਪੰਜਾਬ ਪ੍ਰਧਾਨ ਮੈਡਮ ਹਰਦੀਪ ਕੌਰ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ, ਦੈਨਿਕ ਸਵੇਰਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਮ, ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੁਹਾਡੇ ਟਰੱਸਟ ਵੱਲੋਂ, ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸੀ, ਅਸੀਂ ਪੂਰੇ ਪੰਜਾਬ ਭਰ ਦੇ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਪੰਜ ਜਿਹੜੇ ਜ਼ਿਲ੍ਹੇ ਲਏ ਨੇ, ਕਿਉਂਕਿ ਇਲੈਕਸ਼ਨ ਦਾ ਜਿਹੜਾ ਹੈਗਾ 1 ਜੂਨ ਨੂੰ ਇਲੈਕਸ਼ਨ ਜਿਹੜੀ ਹੋ ਜਾਣੀਆਂ ਨੇ, ਚੋਣਾਂ ਪੈ ਜਾਣੀਆਂ, ਤੇ ਇਹਦੇ ਵਿੱਚ ਅਸੀਂ ਪੰਜ ਜ਼ਿਲ੍ਹੇ ਹੀ ਕਵਰ ਕਰ ਸਕਾਂਗੇ। ਅਸੀਂ ਮਹਿਲਾ ਪੰਚਾਇਤਾਂ ਦਾ ਆਯੋਜਨ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਪਹਿਲੀ ਸਾਡੀ ਜਿਹੜੀ ਮਹਿਲਾ ਪੰਚਾਇਤ ਆ ਮਾਨਸਾ ਤੋਂ ਅਸੀਂ ਸ਼ੁਰੂਆਤ ਕਰ ਰਹੇ ਹਾਂ। ਅਗਰਸੇਨ ਭਵਨ ਦੇ ਵਿੱਚ ਜਿਹੜਾ ਹੈਗਾ 13 ਮਈ ਨੂੰ ਜਿਹੜਾ ਪ੍ਰੋਗਰਾਮ ਉਲੀਕਿਆ ਗਿਆ, ਇਹਦੇ ਵਿੱਚ ਲਗਭਗ 400 ਤੋਂ 500 ਮਹਿਲਾਵਾਂ ਜਿਹੜੀਆਂ ਨੇ ਭਾਗ ਲੈ ਰਹੀਆਂ ਨੇ, ਜਿਨ੍ਹਾਂ ਨੂੰ ਅਸੀਂ ਵੋਟ ਪਾਉਣ ਦੇ ਅਧਿਕਾਰ ਦੇ ਪ੍ਰਤੀ ਸੁਚੇਤ ਕਰਾਂਗੇ। ਕਿਉਂਕਿ ਟਰੱਸਟ ਦੇ ਵੱਲੋਂ ਇੱਕ ਸਰਵੇ ਕਰਵਾਇਆ ਗਿਆ, ਜਿਹਦੇ ਵਿੱਚ ਇਹ ਆਇਆ ਕਿ ਅੱਜ ਵੀ ਬਹੁਤਾਤ ਦੇ ਵਿੱਚ ਸਾਡੀਆਂ ਜਿਹੜੀਆਂ ਔਰਤਾਂ ਨੇ ਆਪਣੀ ਵੋਟ ਦਾ ਇਸਤੇਮਾਲ ਆਪਣੇ ਪਤੀ ਦੇ ਕਹਿਣ ਤੇ, ਭਰਾ ਦੇ ਕਹਿਣ ਤੇ, ਪਿਤਾ ਦੇ ਕਹਿਣ ਤੇ, ਜਾਂ ਘਰ ਦੇ ਕਿਸੇ ਹੋਰ ਪੁਰਸ਼ ਦੇ ਕਹਿਣ ਦੇ ਮੁਤਾਬਿਕ ਜਿਹੜਾ ਕਰ ਲੈਂਦੀਆਂ ਨੇ, ਤੇ ਅਸੀਂ ਉਹਨਾਂ ਨੂੰ ਸੁਚੇਤ ਕਰਨਾ ਕਿ ਇਹ ਅਧਿਕਾਰ ਸਿਰਫ ਤੇ ਸਿਰਫ ਤੁਹਾਡਾ ਆਪਣਾ ਨਿੱਜੀ ਅਧਿਕਾਰ ਆ, ਇਹਦੀ ਵਰਤੋਂ ਤੁਸੀਂ ਆਪ ਆਪਣੀ ਬੁੱਧੀ ਤੇ ਵਿਵੇਕ ਦੇ ਨਾਲ ਕਰਨੀ ਆ, ਆਪਣੀ ਮਰਜ਼ੀ ਦੇ ਨਾਲ ਕਰਨੀ ਆ। ਮੈਡਮ, ਜੇ ਗੱਲ ਕਰੀਏ ਟਰੱਸਟ ਦਾ, ਜਿਵੇਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨਾਲ ਕੋਈ ਟਾਈ ਅਪ ਵੀ ਹੈ? ਜੀ, ਅਸੀਂ ਪਿਛਲੇ ਦੀ 4 ਕੁ ਦਿਨ ਪਹਿਲਾਂ ਜਿਹੜੀ ਹੈਗੀ ਮੁਲਾਕਾਤ ਸਾਡੀ ਜਿਹੜੀ ਹੋਈ ਸੀ ਮੁੱਖ ਚੋਣ ਅਧਿਕਾਰੀ ਸੀ ਸਿਬਨ ਸਾਹਿਬ ਹੋਰਾਂ ਦੇ ਨਾਲ, ਉਹਨਾਂ ਨੇ ਕਿਹਾ ਸੀ ਕਿ ਬੇਟਾ ਤੁਸੀਂ ਜਾ ਕੇ ਜ਼ਰੂਰ ਜਿਹੜੀਆਂ ਪਿੰਡਾਂ ਦੇ ਵਿਚਲੀਆਂ ਮਹਿਲਾਵਾਂ ਨੇ ਉਹਨਾਂ ਨੂੰ ਜਾਗਰੂਕ ਕਰੋ ਕਿ ਤੁਸੀਂ ਵੋਟ ਜ਼ਰੂਰ ਪਾਉਣੀ ਹੈ। ਇੱਕ ਤਾਂ ਵੋਟ ਪ੍ਰਤੀਸ਼ਤ ਹੈ ਜਿਹੜੀ 70 ਤੋਂ ਪਾਰ ਜਾਵੇ, ਕਿਉਂਕਿ ਵੈਸੇ ਵੀ ਆਪਾਂ ਗੱਲ ਕਰੀਏ ਤਾਂ ਅੱਧੀ ਆਬਾਦੀ ਸਾਡੀ ਆ, 50% ਮਹਿਲਾਵਾਂ ਹੈਗੀਆਂ ਨੇ। ਜੇਕਰ ਉਹ 50% ਮਹਿਲਾਵਾਂ ਸਾਰੀਆਂ ਦੀਆਂ ਸਾਰੀਆਂ ਨਿੱਤਰ ਜਾਂਦੀਆਂ ਨੇ, ਆਪ ਆਪਣੇ ਵੋਟ ਦਾ ਇਸਤੇਮਾਲ ਕਰ ਦਿੰਦੀਆਂ ਨੇ, 50% ਤਾਂ ਵੈਸੇ ਹੋ ਗਿਆ, ਬਾਕੀ ਹੋਰ ਪੁਰਸ਼ਾਂ ਨੇ ਵੀ ਪਾ ਦੇਣੀ ਹੈ, ਤੇ 70% ਅਸੀਂ ਪਾਰ ਕਰ ਸਕਦੇ ਹਾਂ। ਸੋ ਮੇਰੀ ਹੱਥ ਜੋੜ ਕੇ ਆਪਣੀਆਂ ਪੂਰੇ ਪੰਜਾਬ ਭਰ ਦੀਆਂ ਮਹਿਲਾਵਾਂ ਨੂੰ ਅਪੀਲ ਆ ਕਿ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨਾ ਹੈ, ਹਰ ਹਾਲ ਦੇ ਵਿੱਚ ਕਰਨਾ, ਪਰ ਕਿਸੇ ਦੇ ਕਹਿਣ ਤੇ ਨਹੀਂ ਕਰਨਾ, ਆਪਣੀ ਬੁੱਧੀ ਦੇ ਨਾਲ ਆਪਣੇ ਵਿਵੇਕ ਨਾਲ ਕਰਨਾ। ਮੈਮ, ਜੇ ਗੱਲ ਕਰੀਏ ਤੁਹਾਡੀ ਜਿਹੜਾ ਤੁਹਾਡਾ ਟਰੱਸਟ ਹੈ, ਕਿੰਨੀਆਂ ਕੁ ਮਹਿਲਾਵਾਂ ਇਸ ਟਰੱਸਟ ਨਾਲ ਜੁੜੀਆਂ ਹੋਈਆਂ? ਲਗਭਗ ਜੇਕਰ ਮੈਂ ਪੂਰੇ ਪੰਜਾਬ ਦੀ ਗੱਲ ਕਰਾਂ ਤਾਂ ਜਿਹੜੀ 700 ਦੇ ਕਰੀਬ ਸਾਡੇ ਨਾਲ ਮਹਿਲਾਵਾਂ ਜਿਹੜੀਆਂ ਜੁੜੀਆਂ ਹੋਈਆਂ ਨੇ, ਤੇ ਵੱਡੀ ਗਿਣਤੀ ਸਾਡੇ ਕੋਲ ਲੁਧਿਆਣਾ ਤੇ ਨਾਲ ਦੀ ਨਾਲ ਗੱਲ ਕਰਾਂ ਮੋਹਾਲੀ ਦੇ ਵਿੱਚ ਆ, ਤੇ ਹੁਣ ਬਠਿੰਡਾ ਤੋਂ ਵੀ ਕਾਫੀ ਜਿਹੜਾ ਹੈਗਾ ਟਰੱਸਟ ਨੂੰ ਭਰਮਾ ਹੁੰਗਾਰਾ ਮਿਲਿਆ। ਜੀਤ ਕੌਰ ਦਈਆ ਵਰਗੇ ਪੱਤਰਕਾਰ ਆਕਾਂਕਸ਼ਾ ਵਰਗੀਆਂ ਜਿਹੜੀਆਂ ਮਹਿਲਾਵਾਂ ਨੇ ਸਾਡੇ ਨਾਲ ਜੁੜੀਆਂ ਨੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਪੰਜਾਬ ਭਰ ਦੇ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਪ੍ਰਧਾਨ ਜਿਹੜੀਆਂ ਲਗਾਈਆਂ ਜਾਣਗੀਆਂ, ਜ਼ਿਲ੍ਹਾ ਪ੍ਰਧਾਨ ਲੜਕੀਆਂ ਜਿਹੜੀਆਂ ਲਗਾਈਆਂ ਜਾਣਗੀਆਂ, ਜਿਹੜੀਆਂ ਸਾਡੀ ਮੁਹਿੰਮ ਨੂੰ ਹੋਰ ਅੱਗੇ ਤੱਕ ਲੈ ਕੇ ਜਾ ਸਕਣ, ਕਿਉਂਕਿ ਸਾਡੀਆਂ ਮੁੱਖ ਤੌਰ ਦੇ ਵਿੱਚ 2 ਮੁਹਿੰਮ ਚੱਲ ਰਹੀਆਂ ਨੇ। ਇੱਕ ਜਾਗ ਭੈਣੇ ਜਾਗ, ਜਿਸ ਦੇ ਵਿੱਚ ਅਸੀਂ ਔਰਤਾਂ ਨੂੰ ਉਹਨਾਂ ਦੇ ਹੱਕਾਂ ਦੇ ਨਾਲ ਨਾਲ ਕਰਤੱਵਾਂ ਦੇ ਪ੍ਰਤੀ ਜਾਗਰੂਕ ਕਰਦੇ ਹਾਂ। ਇੱਕ ਸਾਡੀ ਇੱਕ ਮੁਹਿੰਮ ਹੋਰ ਹੈ ਦਿਸ਼ਾ ਰੁਜ਼ਗਾਰ ਮੁਹਿੰਮ, ਜਿਹਦੇ ਤਹਿਤ ਅਸੀਂ ਹੁਣ ਤੱਕ 194 ਕੁੜੀਆਂ ਨੂੰ ਰੁਜ਼ਗਾਰ ਦਿੱਤਾ ਹੈ, ਤੇ ਹੋਰ ਵੀ ਜਿਹੜੇ ਸਾਡੀਆਂ ਭੈਣਾਂ ਨੂੰ, ਸਾਡੀਆਂ ਲੜਕੀਆਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਮਿਲੇ, ਉਹ ਆਤਮ ਨਿਰਭਰ ਹੋਣ, ਇਹਦੇ ਤਹਿਤ ਕੰਮ ਕੀਤਾ ਜਾਏਗਾ। ਮੈਡਮ, ਕੋਈ ਸੈਮੀਨਾਰ ਵੀ ਕਰਵਾਇਆ ਜਾ ਰਿਹਾ ਤੁਹਾਡੇ ਵੱਲੋਂ? ਸੈਮੀਨਾਰ, ਦੇਖੋ ਮਹਿਲਾ ਪੰਚਾਇਤਾਂ ਹੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਸੈਮੀਨਾਰ ਤੁਸੀਂ ਕਹਿ ਸਕਦੇ ਹੋ। ਇਹ ਮਹਿਲਾ ਪੰਚਾਇਤਾਂ ਜਿੰਨੀ ਦੇਰ ਇਲੈਕਸ਼ਨ ਆਈ ਚੀਜ਼ ਹੋਏਗੀ, ਉਸ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਮਨ ਦੇ ਵਿੱਚ ਹੈ ਕਿ ਇੱਕ ਵੱਡੇ ਪੱਧਰ ਤੇ ਜਿਹਦੇ ਵਿੱਚ ਘੱਟੋ ਘੱਟ ਜਿਹੜਾ ਹੈਗਾ ਪੂਰੇ ਪੰਜਾਬ ਭਰ ਦੇ ਹਰ ਇੱਕ ਜ਼ਿਲ੍ਹੇ ਤੋਂ ਜਿਹੜੀਆਂ ਮਹਿਲਾਵਾਂ ਜਿਹੜੀਆਂ ਸ਼ਮੂਲੀਅਤ ਕਰਨ, ਮਹਾ ਮਹਿਲਾ ਪੰਚਾਇਤ ਦਾ ਆਯੋਜਨ ਅਸੀਂ ਕਰਾਂਗੇ, ਪਰ ਉਹ ਇਲੈਕਸ਼ਨ ਤੋਂ ਬਾਅਦ ਰਹੇਗੀ। ਲੇਸੀ ਦਿਸ਼ਾ ਵੂਮੈਨ ਵੈਲਫੇਅਰ ਟਰੱਸਟ ਦੇ ਪੰਜਾਬ ਪ੍ਰਧਾਨ ਮੈਡਮ ਹਰਦੀਪ ਕੌਰ, ਜਿਨ੍ਹਾਂ ਨੇ ਕਿਹਾ ਕਿ ਸਾਡੇ ਟਰੱਸਟ ਵੱਲੋਂ ਇੱਕ ਜਿਹੜੀ ਮੁਹਿੰਮ ਚਲਾਈ ਗਈ ਹੈ ਜਾਗ ਭੈਣੇ ਜਾਗ ਤਹਿਤ, ਜਿਹੜਾ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਜਿਹੜੀਆਂ ਸਾਡੀਆਂ ਟਰੱਸਟ ਦੀ ਮਹਿਲਾਵਾਂ ਹੈ ਉਹ ਇੱਕ ਮਹਿਲਾਵਾਂ ਨੂੰ ਘਰ ਘਰ ਜਾ ਕੇ ਜਾਗਰੂਕ ਕਰਨਗੀਆਂ ਕਿ ਉਹ ਆਪਣੀ ਮਰਜ਼ੀ ਨਾਲ ਜਿਹੜਾ ਵੋਟ ਕਰ ਸਕਣ। ਕੈਮਰਾਮੈਨ ਸੂਜਲ ਦੇ ਨਾਲ ਮਨੋਜ ਚਰਖੀਵਾਲ, ਦੈਨਿਕ ਸਵੇਰਾ ਟੀਵੀ ਬਠਿੰਡਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ YouTube, Facebook,
इंस्टाग्राम एक्स और व्हाट्सएप चैनल पर।